ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਗੱਲ ਕਰ ਲੈਣਾ ਜਿਨ੍ਹਾਂ ਦਾ ਸੰਜੂ ਗਾਣਾ ਜਿਹੜਾ ਉਹ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਇਸ ਗਾਣੇ ਨੂੰ ਲੈ ਕੇ ਚੰਡੀਗੜ੍ਹ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਹੋਈ ਹੋਈ ਹੈ ਹਾਲਾਂਕਿ ਸਿੱਧੂ ਮੂਸੇਵਾਲਾ ਨੂੰ ਨੋਟਿਸ ਹੋਇਆ ਸੀ ਲੇਕਿਨ ਉਹਨਾਂ ਨੇ ਇਸ ਨੋਟਿਸ ਦਾ ਕੋਈ ਜਵਾਬ ਕੋਰਟ ਦੇ ਵਿੱਚ ਨਹੀਂ ਦਿੱਤਾ ਅੱਜ ਵੀ ਇਸ ਮਾਮਲੇ ਦੇ ਉੱਪਰ ਸੁਣਵਾਈ ਸੀ ਕਿ ਕੁਝ ਸੁਣਵਾਈ ਦੇ ਦੌਰਾਨ ਰਿਹਾ ਐਡਵੋਕੇਟ ਸੁਨੀਲ ਮੱਲਾ ਸਾਡੇ ਨਾਲ ਨੇ ਗੱਲਬਾਤ ਕਰ ਰਿਹਾ ਐਡਵੋਕੇਟ ਸਾਹਿਬ ਕੀ ਕੁਝ ਰਿਹਾ ਜੀ ਸੁਣਵਾਈ ਦੇ ਦੌਰਾਨ ਕਿਉਂਕਿ ਪਿਛਲੀ ਵਾਰ ਤੇ ਕਿਹਾ ਗਿਆ ਸੀ ਕਿ ਰਿਫਿਊਜ਼ਲ ਆ ਗਈ ਸੀ ਜੀ ਕਿ ਸਮਨ ਜਿਹੜੇ ਨੇ ਨਹੀਂ ਲੀਤੇ ਇਸ ਵਾਰ ਕਿਆ ਸਿੱਧੂ ਮੂਸੇਵਾਲਾ ਸਮਨ ਲੈ ਕੇ ਮਾਮਲੇ ਦੇ ਵਿੱਚ ਜਵਾਬ दाखल ਕਰਦੇ ਹੋਏ ਨਜ਼ਰ ਆਏ ਨੇ ਮੈਨੂੰ ਤਾਂ ਪਹਿਲਾਂ ਮੀਡੀਆ ਵਾਲਿਆਂ ਦੀ ਸਮਝ ਨਹੀਂ ਆਂਦੀ ਮਸ਼ਹੂਰ ਵਕੀਲ ਕਿਵੇਂ ਆਏ ਉਹ सॉरी ਮਸ਼ਹੂਰ ਗਾਇਕ ਕਿਵੇਂ ਆਏ ਦੱਸੋ ਸਮਝਾਓ ਮੈਨੂੰ ਗਾਲਾਂ ਕੱਢਦਾ ਉਹਦੇ ਪ੍ਰਸ਼ੰਸਕ ਗਾਲਾਂ ਕੱਢਦੇ ਨੇ ਤੇ ਮਸ਼ਹੂਰ ਕਿੱਥੋਂ ਹੋ ਗਿਆ ਇਹ ਤੇ ਗੰਦ ਬੋਲਣ ਵਾਲੇ ਨੇ ਮਸ਼ਹੂਰ ਤੇ ਸੀ ਗੁਰਦਾਸ ਮਾਨ ਜੀ ਜਿੰਨਾਂ ਦੀ ਅੱਜ ਵੀ ਅਸੀਂ ਕਦਰ ਕਰਦੇ ਆ ਜਿਹੜੇ ਸੁਸਾਇਟੀ ਨੂੰ ਕੋਈ ਸਬਰ ਸਿਖਾਉਂਦੇ ਨੇ ਨੀਅਤ ਚੰਗੀ ਦਿੰਦੇ ਨੇ ਪੰਜਾਬ ਦੇ ਕਲਚਰ ਨੂੰ ਬਚਾ ਕੇ ਰੱਖਿਆ ਇਹੋ ਜਿਹੇ ਚੰਗੇ ਗਾਇਕਾਂ ਨੂੰ ਮਸ਼ਹੂਰ ਕਿਆ ਕਰੋ ਇਹੋ ਜਿਹਿਆਂ ਨੂੰ ਨਾ ਕਿਆ ਕਰੋ ਜਿਹੜੇ ਗਾਣਾ ਲਿਖਦੇ ਨੇ ਸੋ ਪਹਿਲਾਂ ਤੇ ਆਪਣੀ ਭਾਸ਼ਾ ਨੂੰ ਠੀਕ ਕਰੋ ਮੈਨੂੰ ਨਰਾਜ਼ਗੀ ਆ ਵਕੀਲ ਸਾਹਿਬ ਜਿਹੜੇ ਗਾਣਿਆਂ ਨੂੰ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ viewsਉਂ ਮਿਲਦੇ ਨੇ ਲੋਕੀ ਪਸੰਦ ਕਰਦੇ ਨੇ ਉਸ ਸਿੰਗਰ ਨੂੰ ਕੀ ਕਹਾਂਗੇ ਜਿਸ ਨੂੰ ਲੋਕੀ ਕਹਿੰਦੇ ਨੇ ਬਈ ਹਾਂ ਇਹ ਸਾਡਾ ਸਿੰਗਰ ਹੈ ਔਰ ਉਹ ਸਿੰਗਰ ਵੀ ਸਟੇਜਾਂ ਦੇ ਉੱਪਰ ਕਹਿੰਦਾ ਕਿ ਯੂਥ ਜਿਹੜਾ ਮੈਨੂੰ ਫੋਲੋ ਕਰਦਾ ਹੈ ਮੈਂ ਤਾਂ ਯੂਥ ਆਈਕਨ ਤੁਸੀਂ ਕਪੜੇ ਲਾ ਕੇ ਨੰਗੇ ਹੋਵੋ ਤੁਸੀਂ ਵੀ ਤੇ ਇੱਕ ਦਿਨ ਲੜਕੀ ਨਾਲ ਉਹ ਤੇ ਉਹਦੇ ਕਰੋੜਾਂ ਰੁਪਏ ਵੀਊ ਆ ਜਾਣਗੇ ਕੀ ਆ ਉਹ ਮਸ਼ਹੂਰੀ ਹੋਗੀ ਕੀ ਉਹ ਚੰਗੀ ਚੀਜ਼ ਹੋਗੀ ਅਫਸੋਸਜਨਕ ਗੱਲ ਹੈ ਗੰਦਗੀ ਜਿਆਦਾ ਜਲਦੀ ਫੈਲਦੀ ਹੈ ਚੰਗੀ ਚੀਜ਼ ਫੈਲਣ ਲੱਗੇ ਟਾਈਮ ਲੱਗਦਾ ਸੋ ਇਸ ਕਰਕੇ ਜਾਦਾ ਲੋਕ ਵੇਖ ਲੈਣ ਤੇ ਉਹ ਮਸ਼ਹੂਰ ਹੋ ਜੇ ਇਸ ਨੋਟ ਅ ਸਟੈਂਡਰਡ ਪ੍ਰੋਸੀਜਰ ਔਰ ਸਟੈਂਡਰਡ ਬੈਂਚਮਾਰਕ ਤੁਸੀਂ ਕੀ ਮੰਨਦੇ ਹੋ ਸਿੱਧੂ ਮੂਸੇਵਾਲਾ ਕੀ ਹੈ ਆਮ ਗਾਇਕ ਹੈ ਛੋਟਾ ਜਿਹਾ ਬਚਾਰਾ ਔਰ ਗੰਦੇ ਗਾਣੇ ਗਾਉਂਦਾ ਹੈ ਪ੍ਰਸਿੱਧੀ ਲੈਣ ਲਈ ਪੁੱਠੇ ਕੰਮ ਕਰਦਾ ਹੈ ਇੱਕ ਮੇਰੇ ਲਈ ਤੇ ਇੱਕ ਉਸ ਵਲੇ ਕੋਰਟ ਚ ਵਾਂਟਡ ਬੰਦਾ ਹੈ ਔਰ ਥਾਣੇ ਚ ਵੀ ਉਹ ਵਾਂਟਡ ਬੰਦਾ ਹੈ ਉਹਦੇ ਤੇ ਐਫ ਆਈ ਆਰ ਨੰਬਰ 30 ਥਾਣਾ ਮਾਨਸਾ ਜ ਹੈ ਤੇ ਦੂਜੀ ਹੁਣ ਹੋਣ ਜਾ ਰਹੀ ਹੈ ਜਿਹੜਾ ਉਹਨੇ ਨਵਾਂ ਗਾਣਾ ਗਾਇਆ ਡੈਸ਼ ਦੈਮ 올 ਉਹਨੂੰ ਦੱਸਾਂਗੇ ਦਾ ਮੁੱਲ ਕੀ ਪੈਂਦਾ ਨਾਲ ਉਹ ਜਿਹੜਾ ਸੰਨੀ ਮੰਡੀ ਮੈਲਟਨ ਹੈਗਾ ਕੋਈ ਇਹੋ ਜਿਹਾ ਉਹ ਕੈਨੇਡਾ ਦਾ ਉਹ ਨਾਲ ਟੰਗਣਾ ਮੈਂ ਵੀ ਆ ਤੈਨੂੰ ਅੰਗਰੇਜ਼ੀ ਮੈਂ ਸਿਖਾਉਣਾ ਉਹੀ ਚੀਜ਼ ਮੈਂ ਤੇਰੇ ਤੇ ਲਾਗੂ ਕਰਦਾ ਫਿਰ ਵਖਲਾਊਗੀ ਫਿਰ ਪਤਾ ਲੱਗੂਗਾ ਵੀ ਕਿੰਨੇ ਕੁ ਸਿਆਣੇ ਨੇ ਤੇ ਕਿੰਨੇ ਕੁ ਮਸ਼ਹੂਰ ਨੇ ਕੰਪਲੇਂਟ ਦੇਣ ਲੱਗਿਓ ਹਾਂਜੀ ਹਾਂਜੀ ਐਫ ਆਈ ਆਰ ਹੋਏਗੀ ਕਨਫਰਮ ਹੋਏਗੀ ਐਫ ਆਈ ਆਰ ਚਾਹੇ ਇੱਕ ਧਾਰਾ ਚ ਹੋਵੇ ਪਰਚਾ ਤੇ ਪਰਚਾ ਜਮਾਨਤ ਤੱਕ ਰਾਣੀ ਪੈਗੀ ਸਸਾਜਾ ਹਫਤਾ ਮਲਜਮ ਬਣਾਉਂਗਾ ਇਹਨਾਂ ਨੂੰ ਮੈਂ ਛੱਡਦਾ ਨਹੀਂ ਸੁਪਰੀਮ ਕੋਰਟ ਤੱਕ ਲੜਦਿਆਂ ਮੇਰ ਨਾਲ ਸੰਜੂ ਗਾਣੇ ਨੂੰ ਲੈ ਕੇ ਤੁਸੀਂ ਚੰਡੀਗੜ੍ਹ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਜਿਹੜਾ ਹੁਣ ਨਵਾਂ ਗਾਣਾ ਆਇਆ ਇਸ ਨੂੰ ਲੈ ਕੇ ਕੋਈ ਪਟੀਸ਼ਨ ਪਾਣ ਜਾ ਰਹੇ ਹੋ ਜਾਂ ਕੋਈ ਕੰਪਲੇਂਟ ਦੇਣ ਜਾ ਰਹੇ ਕ੍ਰਿਮੀਨਲ ਕੰਪਲੇਂਟ ਦਊਂਗਾ ਕ੍ਰਿਮੀਨਲ ਕੰਪਲੇਂਟ ਪਰਚਾ ਦਰਜ ਕਰਨ ਦੀ ਕ੍ਰਿਮੀਨਲ ਕੰਪਲੇਂਟ ਦਊਂਗਾ ਇਸ ਗਾਣੇ ਤੇ ਕੀ ਆ ਪੱਤੀ ਹੈ ਸ਼ਬਦ ਐਫ ਯੂ ਸੀ ਕੇ ਇਹਨੂੰ ਪੂਰਾ ਆਪੇ ਬੋਲਣਗੇ ਦਰਸ਼ਕ ਉਹਨਾਂ ਨੂੰ ਪਤਾ ਲੱਗ ਜਾਏਗਾ ਹਿੰਦੀ ਚ ਜਾਂ ਪੰਜਾਬੀ ਦੀ ਗੱਲ ਕਰਾਂ ਚੱਚੇ ਨੂੰ ਔਲਾ ਤੇ ਦੱਦਾ ਇਹ ਜੋੜ ਵੀ ਆਪੇ ਲੈ ਤੇ ਮੈਂ ਹੁਣ ਉਹ ਕਰਕੇ ਦਿਖਾਉਂ ਤੇ ਕਹਿੰਦਾ ਡੈਸ਼ देम 올올 ਚ ਪਹਿਲਾ ਨੰਬਰ ਇਹਦਾ ਇਹਨੂੰ ਦੱਸਾਂਗੇ ਵਕੀਲ ਕਿਦਾਂ ਕਰਦੇ ਨੇ ਫਿਰ ਨਜ਼ਾਰਾ ਦਿਵਾ ਦੂੰ ਇਹ ਮੇਰੀ ਸੁਸਾਇਟੀ ਨੂੰ ਬਦਨਾਮ ਕਰਦੇ ਨੇ ਜਿਸ ਸੁਸਾਇਟੀ ਚ ਮੈਂ ਰਹਿਣਾ ਤੇ ਉੱਥੇ ਕਿਸੇ ਨੂੰ ਗੰਦਗੀ ਫਲਾਂ ਦਾ ਕੂੜਾ ਸੁੱਟਣ ਦਾ ਅਧਿਕਾਰ ਨਹੀਂ ਹੈ ਤੁਹਾਡੇ ਕੋਲ ਬਾਹਰ ਗੇਟ ਤੋਂ ਉਹਦੇ ਵਾਸਤੇ ਵੀ ਤੁਹਾਨੂੰ ਕੂੜੇ ਵਾਲੀ ਗੱਡੀ ਚ ਦੇਓਗੇ ਤੁਸੀਂ ਕੂੜਾ ਸੁੱਟਦੇ ਹੋ ਤੇ ਪਬਲਿਕ ਟ੍ਰੈਂਕਵਿਲਟੀ ਤੁਹਾਡੇ ਤੇ ਪਰਚਾ ਹੋ ਸਕਦਾ ਹੈ ਤੁਸੀਂ ਆਪਣੇ ਕੂੜੇ ਵਾਲੇ ਡੱਬੇ 'ਚ ਜਿਹੜਾ ਤੁਹਾਡੀ ਚਾਰਦواری ਦੇ ਅੰਦਰ ਹੈ ਘਰ ਦੀਆਂ ਜਨਾਨੀਆਂ ਝਾੜੂ ਮਾਰ ਕੇ ਜਿਹੜਾ ਮਿੱਟੀ ਬਾਹਰ ਸੁੱਟਦੀਆਂ ਨੇ ਉਹ ਤੇ ਪਰਚਾ ਹੋ ਸਕਦਾ ਹੈ ਇਹ ਤੇ ਗੰਦ ਬੋਲਦੇ ਨੇ ਸ਼ਰੇਆਮ ਪਬਲਿਕ ਡੋਮੇਨ 'ਚ ਨਾਲ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਨੇ ਤੇ ਤੁਹਾਡੇ ਵਰਗੇ ਪੱਤਰਕਾਰ ਇਹਨਾਂ ਨੂੰ ਕਹਿੰਦੇ ਮਸ਼ਹੂਰ ਵਕੀਲ ਉਹ ਮਸ਼ਹੂਰ ਗਾਇਕ ਸੌਰੀ ਜੈਂਟਲਮੈਨ ਯੂ ਆਰ ਰੋਂਗ ਕਲੀਅਰ ਕਰਨਾ ਯੂ ਆਰ ਰੋਂਗ ਚਲੋ ਅਸੀਂ ਰੋਂਗ ਆ ਲੇਕਿਨ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਇਹਨਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਨੇ ਜਦੋਂ ਕਹਿੰਦੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਕੋਈ ਜਲਸਾ ਕਰਦਾ ਕਿੱਥੇ ਇਕੱਠ ਕਰਦਾ ਤੇ ਉੱਥੇ ਲੱਖਾਂ ਦੀ ਜਿਹੜੀ ਭੀੜ ਆਂਦੀ ਹੈ ਉਸ ਨੂੰ ਕੀ ਕਹੋਗੇ ਤੁਸੀਂ ਉਹ ਵੀ ਗਾਲਾਂ ਕੱਢਣ ਵਾਲੀ ਭੀੜ ਹੈ ਉਹ ਕਹਿੰਦੇ ਨਾ ਖਰਬੂਜੇ ਨੂੰ ਵੇਕੇ ਖਰਬੂਜਾ ਰੰਗ ਫੜਦਾ ਉਹੋ ਜੀ ਕਮਿਊਨਿਟੀ ਉਹੋ ਜੀ ਕਮਿਊਨਿਟੀ ਨਾਲ ਜੁੜਦੀ ਪਈ ਹੈ ਤੇ ਉਹ ਫਿਰ ਕੀ ਹੋ ਗਿਆ ਇਕੱਠ ਤੇ ਕਿਤੇ ਵੀ ਹੋ ਸਕਦਾ ਹੈ ਚਾਰ ਗਲਤ ਬੰਦੇ ਵੀ ਜੁੜ ਸਕਦੇ ਨੇ ਚਾਰ ਚੰਗੇ ਬੰਦੇ ਵੀ ਜੁੜਦੇ ਨੇ ਪਰ ਜ਼ਿਆਦਾਤਰ ਧਿਆਨ ਰੱਖਣਾ ਬੁੱਧੀ ਜੀ ਵੀ ਇਕੱਠ ਜੁੜਦੇ ਨੇ ਬੁੱਧੀ ਜੀ ਵੀ ਸ਼ੇਰ ਕੱਲਾ ਹੀ ਰਹਿੰਦਾ ਕੁੱਤੀਆਂ ਬਿੱਲੀਆਂ ਇਕੱਠੀਆਂ ਹੋ ਜਾਂਦੀਆਂ ਦੂਜੇ ਦਿਨ ਆ ਵੇਖ ਲੋ ਗਲੀ ਭੱਲੇ ਚ ਕੀ ਕੁਝ ਹੁੰਦਾ ਸ਼ੇਰ ਨੂੰ ਵੇਖਿਆ ਛੋਟੇ-ਮੋਟੇ ਨੋ 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 ਕਲੀਅਰ ਕਰਨਾ ਪਰ ਚੰਗਾ ਬੋਲਣ ਵਾਲੇ ਲਿਮਟਿਡ ਮਿਲਣਗੇ ਕਿਤੇ-ਕਿਤੇ ਬੋਲਣਗੇ ਗੰਦਾ ਬੋਲਣ ਵਾਲਾ ਤਾਂ ਜਗਾ-ਜਗਾ ਹੈ ਸੋ ਇਹਨਾਂ ਦੀ ਪਰਵਾਹ ਨਹੀਂ ਮਾਰਨੀ ਔਰ ਇਹਨਾਂ ਨੂੰ ਇਹਦਾ ਸਮਝਸਕਾਇਆ ਜਾਏਗਾ ਇਹ ਮੇਰਾ ਵਚਨ ਹੈ ਇਸ ਸੁਸਾਇਟੀ ਨੂੰ ਮੇਰੇ ਬਜ਼ੁਰਗਾਂ ਨੂੰ ਜਿਹੜਾ ਮੇਰਾ ਯੂਥ ਨੂੰ ਬਰਬਾਦ ਕਰ ਰਿਹਾ ਦੇਖੋ ਇਹ ਲੋਗ ਗਾਇਕ ਬਣ ਕੇ ਥੋੜੀ ਜੀ ਪ੍ਰਸਿੱਧੀ ਲੈ ਲੈਂਦੇ ਨੇ ਥੋੜੀ ਸ਼ੋਅ ਬਿਜ਼ਨਸ ਚ ਚਲੇ ਜਾਂਦੇ ਨੇ ਥੋੜਾ ਡਰਾਮੇਬਾਜ਼ੀ ਹੋ ਜਾਂਦੀ ਹੈ ਮੇਰਾ ਯੂਥ ਸਮਾਜ ਹੈ ਦੇ ਸੱਚਾਈਏ ਦੁਨੀਆ ਦੀ ਜਦ ਕਿ ਸੱਚਾਈਏ ਕਿ ਇਹ ਡਰ ਗਿਆ ਮੇਰੇ ਮੇਰੀ ਨਿੱਕੀ ਜੀ ਪਟੀਸ਼ਨ ਤੇ ਇਹ ਕੋਰਟ ਚ ਪੇਸ਼ ਨਹੀਂ ਹੋ ਸਕਿਆ ਇਹਦੇ ਮਾਪਿਓ ਵੀ ਨਾਲ ਡਰ ਗਏ ਨੇ ਜਿਹੜੇ ਪਿੰਡ ਦੇ ਸਰਪੰਚ ਨੇ ਉਹ ਵੀ ਨਹੀਂ ਕੋਰਟ ਚ ਪੇਰ ਹੋ ਸਕੇ ਇੰਨੇ ਜਿਗਰੇ ਵਾਲੇ ਸੀ ਇੰਨੇ ਪੱਟਾ ਤੇ ਹੱਥ ਮਾਰਨ ਦੀ ਜາດ ਸੀ ਆ ਜਾਂਦੇ ਅੱਜ ਕੀ ਹੋਇਆ ਸੁਣਵਾਇਦ ਰਣ ਆਇਆ ਹੀ ਨਹੀਂ ਡਰ ਗਿਆ ਤੇ ਮੈਂ ਕੋਰਟ ਰੱਗੇ ਇਹੋ ਹੀ ਅਪੀਲ ਕੀਤੀ ਮੈਂ ਕਿਹਾ ਜਨਾਬ ਯਾਦ ਕਰੋ ਪਹਿਲੇ ਦਿਨ ਮੈਂ ਕੀ ਕਿਹਾ ਸੀ ਕਿ ਇਹ ਬੰਦੇ ਨੇ ਨਹੀਂ ਆਉਣਾ ਥਰੂ ਪੁਲਿਸ ਦੇ ਸਾਹਮਣੇ ਭੇਜੇ ਜਾਣ ਜਦ ਕਿ ਤੁਸੀਂ ਕਿਹਾ ਨਹੀਂ ਆਪਾਂ ਮੌਕਾ ਦਿੰਨੇ ਆ ਤੇ ਆਪ ਰਜਿਸਟਰੀ ਕਰਾਈ ਕੋਰਟ ਨੇ ਮੈਨੂੰ ਆਰਡਰ ਕੀਤਾ ਕਿ ਸਬਮਿਟ ਥਰੂ ਆਰਸੀ ਆਪਾਂ ਆਰਸੀ ਕਰਾਤੀ ਆਰਸੀ ਕਰਾਣ ਤੋਂ ਬਾਅਦ ਰਿਪੋਰਟ ਆ ਗਈ ਅਸੀਂ ਕੋਰਟ 'ਚ ਜਮ੍ਹਾਂ ਕਰਾਤੀ ਰਿਪੋਰਟ ਕਿ ਆਖੋ ਜਨਾਬ ਲੈਣੇ ਸੀ ਇਨਕਾਰੀ ਰਿਫਿਊਜ਼ਡ ਸ਼ਬਦ ਕਲੀਅਰ ਲਿਖ ਕੇ ਆਇਆ ਸੋ ਇਹਦੇ ਵਾਸਤੇ ਮੈਂ ਅੱਜ ਰਿਕਵੈਸਟ ਕੀਤੀ ਜਨਾਬ ਨੂੰ ਕੋਰਟ ਨੂੰ ਕਿ ਜਨਾਬ ਇਹਦੇ ਖਿਲਾਫ ਐਕਸਪਰਟੀ ਕਰਤੀ ਜਾਵੇ ਕਿਉਂਕਿ ਅਪੀਅਰ ਨਹੀਂ ਹੋਇਆ ਤੇ ਜਿਹੜੇ ਲੈਫਟਓਵਰ ਡਿਫੈਂਡੈਂਟਸ ਨੇ ਉਹਨਾਂ ਵਾਸਤੇ ਰਿਕਵੈਸਟ ਕੀਤੀ ਕਿ ਉਹਨਾਂ ਨੂੰ ਸਬਸਟੀਟਿਊਟਡ ਸਰਵਿਸ ਈਮੇਲ ਮੁਨਦੀ WhatsApp ਪਬਲਿਕੇਸ਼ਨ ਕੋਈ ਵੀ ਜਰੀਆ ਜੋ ਕੋਰਟ ਨੂੰ ਅੱਛਾ ਲੱਗੇ ਉਹਦੇ ਆਰਡਰ ਕਰ ਦੇਣ ਉਹ ਲੈਫਟਓਵਰ ਡਿਫੈਂਡੈਂਟ ਵਾਸਤੇ ਉਹਦਾ ਆਰਡਰ ਹੋ ਗਿਆ ਤੇ ਇਹਦੀ ਐਕਸਪਾਰਟੀ ਵਾਸਤੇ ਕੱਲ ਜਾਂ ਪਰਸੋ ਦਾ ਕੋਰਟ ਦੇ ਆਰਡਰ ਸਾਹਮਣੇ ਆ ਜਾਣਗੇ ਮੈਂ মিডিਆ ਅੱਗੇ ਰੱਖ ਦਾਂਗਾ ਯਾਨੀ ਤੁਸੀਂ ਅਪੀਲ ਕਰਕੇ ਆਇਓ ਕਿ ਐਕਸ ਪਾਰਟੀ ਕੀਤਾ ਜਾਏ ਔਰ ਕੇਸ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏ ਕੋਰਟ ਨੇ ਹੰਬਲ ਹੁੰਦਿਆਂ ਇਹਨਾਂ ਨੂੰ ਇੱਕ ਮੌਕਾ ਦਿੱਤਾ ਕਿ ਤੁਸੀਂ ਆ ਜਾਓ ਔਰ ਪਿਛਲੀ ਡੇਟ ਤੇ ਐਕਸਪਾਰਟੀ ਹੋ ਜਾਣਾ ਸੀ ਇਹਨੇ ਪਰ ਨਹੀਂ ਆਇਆ ਫਿਰ ਵੀ ਕੋਰਟ ਰਿਹਾ ਚਲੋ ਇੱਕ ਡੇਟ ਮੱਲਨ ਸਭ ਹੋਰ ਵੇਟ ਕਰ ਲੈਣਾ ਮੈਂ ਕਿਹਾ ਕੋਈ ਗੱਲ ਨਹੀਂ ਸਰ ਮੇਰਾ ਪਰਪਸ ਇਹਨੂੰ ਕੋਰਟ ਚ ਬੁਲਾਉਣਾ ਹੈ ਤੇ ਆਪਣੇ ਆਪ ਨੂੰ ਡਿਫੈਂਡ ਕਰੇ ਕਿ ਹਾਂ ਮੈਂ ਗਲਤੀ ਕੀਤੀ ਹੈ ਜਾਂ ਨਹੀਂ ਕੀਤੀ ਕੋਰਟ ਮੇਰੀ ਰਿਸ਼ਤੇਦਾਰੀ ਨਹੀਂ ਹੈ ਕੋਰਟ ਇੱਕ ਨਿਰਪੱਖ ਮੰਦਰ ਹੈ ਨਿਆਂ ਦਾ ਉਹਨੇ ਮੇਰੀ ਵੀ ਸਾਰੀ ਨਹੀਂ ਸੁਣੀ ਉਹਨੇ ਮੇਰੀ ਜੋ ਜਾਇਜ਼ ਆ ਉਹ ਸੁਣਨੀ ਹੈ ਔਰ ਉਸ ਜਾਇਜ਼ ਦੇ ਵਿੱਚ ਰਹਿ ਕੇ ਉਹਨੇ ਕੋਰਟ ਨੇ ਆਪਣਾ ਫੈਸਲਾ ਕਰਨਾ ਤੇ ਮੈਂ ਜੇ ਗਲਤ ਹੁੰਦਾ ਤਾਂ ਮੈਂ ਸਿੱਧੀ ਇਹਦੇ ਨਾਲ ਲੜਾਈ ਲੈਂਦਾ ਕਿਤੇ ਕੋਈ ਚਪੇੜ ਮਾਰਦਾ ਕੋਈ ਗਾਲ ਕੱਢਦਾ ਮੈਂ ਤਾਂ ਕੋਰਟ 'ਚ ਲੈ ਗਿਆ ਕਿ ਤੇਰੀ ਇੰਨਾ ਗੱਲਾਂ ਤੋਂ ਮੈਨੂੰ ਅਪੱਤੀ ਹੈ ਬਈ ਆ ਜਾ ਸੱਜਣਾ ਆ ਕੇ ਆਪਣੇ ਸਾਹਮਣੇ ਗੱਲ ਕਰ ਲਈਏ ਕੋਰਟ 'ਚ ਆਵੇ ਮੇਰੀ ਕੋਈ ਇਹਦੇ ਨਾਲ ਜਾਤੀ ਦੁਸ਼ਮਣੀ ਵੀ ਨਹੀਂ ਹੈ ਮੇਰੋਂ ਜਾਣਦਾ ਵੀ ਨਹੀਂ ਮੇਰੀ ਕੋਈ ਇਹਦੇ ਨਾਲ ਜ਼ਮੀਨ ਜਾਇਦਾਦ ਵੀ ਨਹੀਂ ਮੈਂ ਇਹਦੇ ਨਾਲ ਵੰਡਣੀ ਲੇਕਿਨ ਜਿਹੜੇ ਕਮੈਂਟ ਆਂਦੇ ਨੇ ਨਾ ਜਦੋਂ ਤੁਹਾਡਾ ਇੰਟਰਵਿਊ ਕਰੋ ਥੱਲੇ ਜਿਹੜੇ ਕਮੈਂਟ ਆਂਦੇ ਨੇ ਕਹਿੰਦੇ ਵਕੀਲ ਸਾਹਿਬ ਤੇ ਸਿੱਧੂ ਦੇ ਨਾਲ ਨਾਮ ਜੋੜ ਕੇ ਪ੍ਰਸਿੱਧੀ ਲੈਣਾ ਚਾਹੁੰਦੇ ਨੇ ਉਹਦਾ ਨਾਮ ਮੇਰੇ ਨਾਲ ਜੁੜ ਕੇ ਉਹਨੂੰ ਪ੍ਰਸਿੱ ਮੈਂ ਜਿਹੜਾ ਕੰਮ ਕਰਦਾ ਆਪਣੀ ਤਾਕਤ ਆਪਣੇ ਨਜ਼ਰੀਏ ਆਪਣੇ ਹੱਕਦੂਚ ਰਹਿ ਕੇ ਕਰ ਰਿਹਾ ਮੈਨੂੰ ਕਿਸੇ ਪ੍ਰਸਿੱਧੀ ਦੀ ਲੋੜ ਨਹੀਂ ਹੈ ਮੈਂ ਤੁਹਾਡੇ ਕੋ ਗਿਆ ਭਾਜੀ ਮੇਰਾ ਇੰਟਰਵਿਊ ਕਰ ਲਓ ਦੱਸੋ ਨਹੀਂ ਆਇਆ ਨਾ ਤੁਸੀਂ ਆਏ ਭਾਜੀ ਇੰਟਰਵਿਊ ਲੈਣੀ ਮੈਂ ਖੈ ਲੈ ਲੂ ਮੈਂ ਕੋਈ মিডিਆ ਬੁਲਾਇਆ ਕਿਤੇ ਮੈਂ ਆਪਣੀ ਡਿਊਟੀ ਨਿਭਾ ਰਿਹਾ ਸਮਾਜ ਦੇ ਪ੍ਰਤੀ ਪ੍ਰਮਾਤਮਾ ਨੇ ਇੱਕ ਗੱਲ ਲਿਖੀ ਹੈ ਪ੍ਰਮਾਤਮਾ ਨੇ ਸਾਡੇ ਗ੍ਰੰਥਾ ਚ ਇੱਕ ਗੱਲ ਲਿਖੀ ਹੈ ਕਿ ਜੇ ਤੁਸੀਂ 84 ਲੱਖ ਜੂਨ ਆਪਣੀ ਕੱਟਣੀ ਹੈ ਨਾ ਉਹਦਾ ਇੱਕ ਹੋਰ ਨਜ਼ਰੀਆ ਹੈ ਕੀ ਆਪਣੇ ਵਰਗੇ 2 4 5 ਪੈਦਾ ਕਰ ਦਿਓ ਤੇ ਜਾਂ ਧਰਤੀ ਮਾਤਾ ਦਾ ਕਰਜ਼ ਜੇ ਲਾਉਣਾ ਤੇ ਕਿਸੇ ਵੀ ਗੰਦਗੀ ਨੂੰ ਜਿਹੜੀ ਵੀ ਉਹ ਗੰਦਗੀ ਨੂੰ ਮਟਾਉਣ ਵਾਸਤੇ ਆਪਣਾ ਜੋਰ ਲਾਓ ਤੇ ਪ੍ਰਮਾਤਮਾ ਨੇ ਮੈਨੂੰ ਇੱਕ ਕਲਮ ਦਿੱਤੀ ਹੈ ਵੇਖੋ ਇੰਟਰਨੈਸ਼ਨਲ ਵੈਪਨ ਮੈਂ ਪਿਛਲੀ ਵਾਰ ਦੱਸਿਆ ਸੀ ਮੈਂ ਕੋਈ ਇੰਟਰਨੈਸ਼ਨਲ ਵੈਪਨ ਆ ਉਹ ਇੰਟਰਨੈਸ਼ਨਲ ਵੈਪਨ ਇਹ ਜਦੋਂ ਕਾਗਜ਼ ਤੇ ਚੱਲਦਾ ਜਿੱਦੀ ਸ਼ਾਈ ਨਹੀਂ ਮੁੱਕਦੀ ਪਾਉਂਦੀ ਨਾ ਇਹ ਕੈਡ ਪਾਪਾ ਕੀ ਕਰਾਂ ਮੇਰੀ ਬੈਟਰੀ ਨਹੀਂ ਮੁੱਕਦੀ ਤੇ ਸਾਡੀ ਵੀ ਸ਼ਾਈ ਨਹੀਂ ਮੁੱਕਦੀ ਤੇ ਸ਼ਾਈ ਨਾ ਮੁਕਣੀ ਹੈ ਤੇ ਚਿੱਠੀਆਂ ਪੈਂਦੀਆਂ ਰਹਿਣੀਆਂ ਕਾਨੂੰਨੀ ਕਰ ਆ ਜਿਹੜੀ ਸ਼ਾਈ ਹੈ ਇਹ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਕਿਉਂ ਚਲਦੀ ਨਜ਼ਰ ਆ ਰਹੀ ਹੈ ਹੋਰ ਵੀ ਕਈ ਸਿੰਗਰ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਬਲਗਰ ਗਾਣੇ ਗਾਏ ਮੈਂ ਕਿਹਾ ਜੀ ਵਾਰੀ ਵਾਰੀ ਮੇਰੇ ਕੋਲ ਟਾਈਮ ਵੀ ਥੋੜਾ ਹੈ ਸਰ ਮੈਂ ਵਿਹਲਾ ਵਕੀਲ ਥੋੜੀਆਂ 6000 ਕੇਸ ਲੜੀਦੇ ਨੇ ਜਿੱਦੀ ਜਿੱਦੀ ਟਾਈਮ ਆਈ ਜਾਂਦਾ ਉਹਦਾ ਉਹਦਾ ਜਿਹਦਾ ਜਿਹਦਾ ਵਕਤ ਆਈ ਜਾਂਦਾ ਉਹਨੂੰ ਉਹਨੂੰ ਲਵ ਲੈਟਰ ਜਾਈ ਜਾਂਦੀ ਪਈ ਹੈ ਮਨਕੀਰਤ ਨੂੰ ਕਿਹੜਾ ਲਵ ਲੈਟਰ ਭੇਜਿਆ ਉਹਨੂੰ ਮੈਂ ਭੇਜਿਆ ਸੀ ਪਿਛਲੇ ਸਾਲ ਮਈ 15 ਮਈ 2021 ਚ ਜਿਹੜਾ ਉਹਨੇ ਗਾਣਾ ਗਾਇਆ ਸੀ 8 ਰਫਲਾ ਚੱਕੀ ਉਹ ਵਕੀਲ ਫਿਰ ਦੇ ਕਹਿੰਦਾ ਸੋਹਣੀ ਰਫਲ ਦੇ ਖੋਕੇ ਅਸੀਂ ਖੋਕੇ ਬਣ ਕੇ ਦਿਖਾਵਾਂਗੇ ਵੀ ਖੋਕੇ ਕਿੱਦਾਂ ਦੇ ਹੁੰਦੇ ਨੇ ਇੱਕ ਹੋਰ ਆਇਆ ਜੇ ਕਿ ਛਦਾਈ ਜਿਆ ਉਹਨੇ ਕਹਣਾਗਾ ਪਤ ਨਹੀਂ ਮੈਂ ਜੱਜ ਕਰੀਦ ਲੂ ਇਹਦੀ ਇੰਨੀ ਔਕਾਤ ਮੈਂ ਇਹਨੂੰ ਕੀ ਕਮਾਉਣ ਮੈਂ ਜਿਹੜਾ ਕਿਹੜਾ ਸਿੰਗਰ ਉਹ ਪਤਾ ਨਹੀਂ ਕਿਹੜਾ ਮੈਨੂੰ ਤਾਂ ਨਾਮ ਹੀ ਨਹੀਂ ਪਤਾ ਇਹ ਟੁੱਟੇ ਭੱਜੇ ਜਗੇ ਨੇ ਕੋਈ ਇਹ ਸਾਰੇ ਇਹੋ ਜਿਹੇ ਨੇ ਉਹ ਮੈਨੂੰ ਇਹਨਾਂ ਦੇ ਵੀ ਨਾਮ ਨਹੀਂ ਸੀ ਪਤਾ ਇਹ ਤੇ ਮੇਰੇ ਜੂਨੀਅਰ ਜਿਹੜੇ ਨਵੇਂ ਮੁੰਡੇ ਕੁੜੀਆਂ ਆਉਂਦੇ ਨੇ ਜਾਰੇ 20 21 ਸਾਲਾਂ ਵਾਲੇ ਸਾਰਾ ਵੇਖੋ ਗਾਣਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਲਾਅ ਤੇ ਇਹ ਕਹਿੰਦਾ ਤੇ ਇਹ ਕੁਛ ਹੋ ਜਾਂਦਾ ਤੇ ਸਾਰੇ ਲੀਗਲ ਹੈ ਮੈਂ ਕਹਾ ਨਹੀਂ ਇਲੀਗਲ ਹੈ ਤੇ ਕਹਿੰਦੇ ਸਿਰ ਅਸੀਂ ਕੀ ਸਟੈਪ ਲੈ ਸਕਦੇ ਆ ਇਹ ਨੋਟਿਸ ਵੀ ਮੇਰਾ ਬੱਚਿਆਂ ਨੇ ਬਣਾਇਆ ਮੈਨੂੰ ਕੋਈ ਇੰਨਾ ਟਾਈਮ ਨਹੀਂ ਮੈਂ ਬਣਾਵਾ ਉਹ ਬੱਚਿਆਂ ਨੇ ਨੋਟਿਸ ਬਣਾਇਆ ਬੱਚਿਆਂ ਨੇ ਪੋਸਟ ਕੀਤਾ ਪੈਸੇ ਮੈਂ ਕਰਤੇ ਚਲੋ ਵਕੀਲ ਸਾਹਿਬ ਹੁਣ ਤੁਸੀਂ ਜਿਹੜੀ ਅਪੀਲ ਕਰਕੇ ਆਏ ਹੋ ਕੀ ਐਕਸ ਪਾਰਟੀ ਕੀਤੀ ਜਾਏ ਇਸ ਨੂੰ ਤੇ ਐਕਸ ਪਾਰਟੀ ਤੋਂ ਬਾਅਦ ਦਾ ਪ੍ਰੋਸੀਜਰ ਕੀ ਹੋਗਾ ਜਿਹੜੇ ਹੋਰ ਪਾਰਟੀਆਂ ਬਣਾਈਆਂ ਨੇ ਔਰ ਜਿਹੜੀ ਵੀ ਪ੍ਰोसीडिंग ਇਸ ਦੇ ਵਿੱਚ ਹੋਏਗੀ ਅਗਰ ਇਸ ਕੇਸ ਦੇ ਵਿੱਚ ਉਹ ਗਿਲਟੀ ਕਰਾਰ ਹੁੰਦੇ ਨੇ ਤੇ ਕਿਹਾ ਉਹੀ ਜਿਹੜਾ ਆਰਡਰ ਹੈ ਉਹ ਸਿੱਧੂ ਮੂਸੇਵਾਲਾ ਤੇ ਵੀ ਐਪਲੀਕੇਬਲ ਹੋਊਗਾ ਐਕਸ ਪਾਰਟੀ ਦਾ ਮਤਲਬ ਕੀ ਹੁੰਦਾ ਹੈ ਕਿ ਉਹ ਬੰਦਾ ਇੱਕ ਤਰ੍ਹਾਂ ਦਾ ਕੋਰਟ ਚ ਅਪੀਅਰ ਨਹੀਂ ਹੋਇਆ ਸੋ ਉਹਦੀ ਐਬਸੈਂਸ ਵਿੱਚ ਕੋਰਟ ਆਪਣਾ ਪ੍ਰोसीडिंग ਚਲਾਉਂਦੀ ਰਹੇਗੀ ਔਰ ਕੋਰਟ ਪਹਿਲਾਂ ਜਿਹੜੇ ਬੰਦੇ ਆ ਚੁੱਕੇ ਉਹਦੀ ਰਿਪਲਾਈ ਲੈਣਗੇ ਫਿਰ ਮੈਂ ਰੈਪਲੀਕੇਸ਼ਨ ਦਵਾਂਗਾ ਫਿਰ ਗਵਾਹਿਆਂ ਤੇ ਕੇਸ ਲੱਗ ਜੇਗਾ ਫਿਰ ਉਹਨਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਉਹ ਸਾਰਾ ਪ੍ਰੋਸੀਜਰ ਤੋਂ ਬਾਅਦ ਜੋ ਵੀ ਵਰਡਿਕਟ ਆਏਗਾ ਫਾਈਨਲ ਉਹ ਸਿੱਧੂ ਮੂਸੇਵਾਲੇ ਤੇ ਵੀ ਲਾਗੂ ਹੋਏਗਾ ਔਰ ਉਸ ਤੋਂ ਬਾਅਦ ਉਹਨਾਂ ਦਾ ਪੱਖ ਨਹੀਂ ਜਾਣਿਆ ਜਾਏਗਾ ਉਸ ਦੌਰਾਨ ਵੀ ਜਿਹੜਾ ਆਨ ਤੋਂ ਹੀ ਡਰ ਗਿਆ ਜਿਹੜਾ ਵੈਸੇ ਹੀ ਭੱਜ ਗਿਆ ਉਹਦਾ ਪੱਖ ਕੌਣ ਸੁਣੇਗਾ ਉਹਦੇ ਘਰ ਥੋੜੀ ਜਾਏਗੀ ਹੁਣ ਅਦਾਲਤ ਉੱਥੇ ਜਾ ਕੇ ਥੋੜੀ ਜਿਹੀ ਅਦਾਲਤ ਲਾਉਣੀ ਹੈ ਉਹਨੂੰ ਅਦਾਲਤ 'ਚ ਚੱਲ ਕੇ ਆਉਣਾ ਪੈਣਾ ਕੋਰਟ 'ਚ ਉਹਨੂੰ ਆਉਣਾ ਪੈਣਾ ਹਰ ਬੰਦੇ ਨੂੰ ਚਾਹੇ ਮਦਈ ਹੈ ਤੇ ਚਾਹੇ ਬੁਲਜਮ ਹੈ ਕੋਰਟ ਚ ਆ ਕੇ ਆਪਣਾ ਪੱਖ ਰੱਖਣਾ ਪੈਣਾ oportunity ਸੀ ਆ ਜਾਂਦਾ ਮੈਂ ਉਹਦੇ ਨੋਟਿਸ ਪਾਇਆ ਸੀ ਉਹਦੇ ਤੇ ਜਵਾਬ ਦੇ ਦਿੰਦਾ ਮੇਰੇ ਨਾਲ ਆ ਕੇ ਭਾਜੀ ਅਪਰ ਕੋਰਟ ਦੇ ਵਿੱਚ ਵੀ ਚੈਲੰਜ ਕਰ ਸਕਦਾ ਹੈ ਰਾਈਟ ਹੈ ਉਸ ਕੋਲ ਅਗਲੀ ਗੱਲ ਦੱਸਾਂ ਐਕਸ ਪਾਰਟੀ ਨੂੰ ਸੈਟਸਾਈਡ ਕਰਨ ਲਈ ਉਹ ਐਪਲੀਕੇਸ਼ਨ ਮੂਵ ਕਰ ਸਕਦਾ ਹੈ ਕਿ ਮੈਨੂੰ ਇਹਦੇ ਚ ਪਾਰਟੀ ਮੰਨਿਆ ਜਾਵੇ ਪਰ ਲਿਖੀਗਾ ਕੀ ਮੈਨੂੰ ਪਤਾ ਨਹੀਂ ਲੱਗਾ ਅਖਬਾਰ ਚ ਨਹੀਂ ਨਿਕਲਿਆ ਟੀਵੀ ਚ ਨਹੀਂ ਆਇਆ ਕਿ ਲੋਕਾਂ ਨੇ ਉਹਨੂੰ ਹੈਸ਼ਟੈਗ ਕਰਕੇ ਨਾਲ ਅਟੈਚ ਨਹੀਂ ਕੀਤਾ ਕਮੈਂਟਾਂ ਚ ਵੀ ਲੋਕੀ ਨੂੰ ਹੈਸ਼ਟੈਗ ਕਰ ਰਹੇ ਨੇ ਦਾ ਰੇਟ ਦਾ ਸਾਈਨ ਪਾਕ ਉਹਨੂੰ ਦੱਸ ਰਹੇ ਨੇ ਉਹਦੀ ਨੌਲੇਜ ਹੈ ਕਿੱਥੇ ਕਿੱਥੇ ਭੱਜੇਗਾ ਪੜ੍ਹੇ ਲਿਖੇ ਤੋਂ ਨਾਲੇ ਫਿਰ ਵੀ ਮੈਂ ਕਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਾ ਉਹ ਵਿਚਾਰਾ ਅੰਗੂਠਾ ਚਾਪ ਸੀ ਪਰ ਸਾਬਤ ਤੇ ਕਰਤਾ ਨਾ ਮੈਂ ਕਿ ਡਰ ਗਿਆ ਹੈ ਕਲੀਅਰ ਕਹਿਣਾ ਪਿਆ ਇਹ ਸਿਰਫ ਫਿਲਮੀ ਦੁਨੀਆ ਦੇ ਲੋਕ ਨੇ ਅਸਲੀਅਤ ਤੋਂ ਇੰਨਾ ਭੱਜਦੇ ਆ ਲੋਕ ਚੈੱਕ ਕਰ ਲੋ ਇਹ ਮੈਂ ਦਿਖਾ ਰਿਹਾ ਸੋਸਾਇਟੀ ਨੂੰ ਇਹ ਸਿਰਫ ਸਟੇਜ ਤੇ ਖਲੋ ਕੇ ਜਿਹਦੇ ਚ ਇਹਨਾਂ ਨੇ ਕੱਲਿਆਂ ਬੋਲਣਾ ਹੁੰਦਾ ਉੱਥੇ ਪੱਟਾ ਤੇ ਹੱਥ ਮਾਰ ਸਕਦੇ ਨੇ ਇਹ ਮੇਰੇ ਵਰਗੇ ਗਰੀਬ ਬੰਦੇ ਦਾ ਸਾਹਮਣਾ ਵੀ ਨਹੀਂ ਕਰ ਸਕਦੇ ਦੁਬਾਰਾ ਵੀ ਕਿਹ ਨੋਟਿਸ ਹੋ ਸਕਦਾ ਇਸ ਮਾਮਲੇ ਦੇ ਨਹੀਂ ਭਾਜੀ ਜਦੋਂ ਇੱਕ ਵਾਰੀ ਐਕਸਪਾਰਟੀ ਹੋ ਗਿਆ ਫਿਰ ਉਹਨੂੰ ਹੀ ਆਣਾ ਪਏਗਾ ਕੋਰਟ 'ਚ ਉਸ ਕੋਰਟ 'ਚ ਪਹਿਲਾਂ ਐਪਲੀਕੇਸ਼ਨ ਲਾਏਗਾ ਕਿ ਹਾਂਜੀ ਮੈਨੂੰ ਸੁਣ ਲਿਆ ਜਾਵੇ ਕੋਰਟ ਦੀ ਮਰਜ਼ੀ ਹੈ ਉਹਨੂੰ ਅਲਾਉ ਕਰੇ ਕਿ ਡਿਸਮਿਸ ਕਰੇ ਜਾਂ ਮੈਨੂੰ ਵੀ ਪੁੱਛੇਗੀ ਕੋਰਟ ਸਰ ਇਹ ਵੀ ਪ੍ਰੋਸੀਜਰ ਹੁੰਦਾ ਕਿ ਤਿੰਨ ਵਾਰ ਕਹਿੰਦੇ ਨੋਟਿਸ ਚਲਾ ਗਿਆ ਨੋਟਿਸ ਨਹੀਂ ਅਗਰ ਕਿਸੇ ਨੇ ਲੇਤਾ ਤੇ ਵਾਰੰਟ ਵੀ ਉਸਦੇ ਕਈ ਵਾਰ ਨਿਕਲ ਜਾਂਦੇ ਨੇ ਕਿ ਆ ਇਸ ਤਰ੍ਹਾਂ ਦਾ ਵੀ ਕੋਈ ਪ੍ਰੋਸੀਜਰ ਹੋ ਸਕਦਾ ਮੈਂ ਇਹਦੇ 'ਚ ਹੋਰ ਕਲੈਰਿਟੀ ਦਿੰਦਾ ਇੱਕ ਵਾਰੀ ਰਿਫਿਊਜ਼ਲ ਆ ਜੇ ਚਾਹੇ ਉਹ ਪਹਿਲੀ ਵਾਰ ਆਵੇ ਤੇ ਚਾਹੇ ਤਿੰਨ ਵਾਰ ਬਾਅਦ ਵੀ ਨਾ ਆਵੇ ਸੋ ਤਿੰਨ ਵਾਰ ਦਾ ਕੰਡੀਸ਼ਨ ਕਿਦੋਂ ਆ ਜਦੋਂ ਨੋਟਿਸ ਜਾਏ ਅਗਲਾ ਘਰ ਨਹੀਂ ਮਿਲਿਆ ਕੁਝ ਹੋਇਆ ਫਿਰ ਉਹਦੇ ਤੇ ਪੇਸਟਿੰਗ ਦੇ ਆਰਡਰ ਹੋ ਗਏ ਫਿਰ ਮਨਾਦੀ ਦੇ ਆਰਡਰ ਹੋ ਗਏ ਫਿਰ ਵੀ ਨਹੀਂ ਆਇਆ ਉਹ ਤਿੰਨ ਚਾਂਸ ਵੱਖਰੇ ਨੇ ਉਹ ਇਹਨੇ ਜਦੋਂ ਰਿਫਿਊਜ਼ਲ ਲਿਖਾਤੀ ਲੈਣੇ ਸੇ ਇਨਕਾਰੀ ਇਹਦੇ ਉਹ ਹੱਕ ਖਤਮ ਹੋ ਗਏ ਹੁਣ ਇਹ ਨਵੇਂ ਸਰਵਿਕ ਐਪਲੀਕੇਸ਼ਨ ਲਾਏਗਾ کورٹ ਉਹਦੇ ਵਿੱਚ ਮੈਨੂੰ ਰਿਪਲਾਈ ਮੰਗੇਗੀ ਮੈਂ ਉਸ ਰਿਪਲਾਈ ਦਾ ਦਵਾਂਗਾ ਫਿਰ ਉਹਦੇ ਵਿੱਚ ਜਾਂ ਤੇ کورٹ ਨੂੰ ਅਸੈਪਟ ਕਰੇਗੀ ਵਿਦ ਕੰਡੀਸ਼ਨ ਜੁਰਮਾਨਾ ਲਾ ਸਕਦੀ ਹੈ ਕੋਈ ਇਹ ਕਹਿ ਸਕਦੀ ਹੈ ਕਿ ਤੂੰ ਸਿਰਫ ਵਾਚ ਕਰ ਸਕਦਾ ਹੈ ਤੂੰ ਇਹ ਚ ਡਿਫੈਂਡਰ ਨਹੀਂ ਕਰ ਸਕਦਾ ਕੋਈ ਵੀ ਕੰਡੀਸ਼ਨ ਇੰਪੋਜ਼ ਕਰ ਸਕਦੀ ਹੈ ਡਿਪੈਂਡਿੰਗ ਓਨ ਦਾ ਸਟੇਜ ਆਫ ਕੇਸ ਮੰਨ ਲਓ ਮੇਰੀਆਂ ਗਵਾਹੀਆਂ ਹੋ ਚੁੱਕੀਆਂ ਉਸ ਤੋਂ ਬਾਅਦ ਆਉਂਦਾ ਉਸ ਦਾ ਇਹਨੂੰ ਮੌਕਾ ਹੀ ਨਾ ਦਿੱਤਾ ਜਾਵੇ ਜਾਂ ਇਹਨੂੰ ਮੈਨੂੰ ਕਰਾਸ ਕਰਨ ਦਾ ਮੌਕਾ ਨਾ ਦਿੱਤਾ ਜਾਵੇ ਸੋ ਡਿਪੈਂਡਿੰਗ ਅਪਾਨ ਸਟੇਜ ਆਫ ਕੇਸ ਕੋਰਟ ਨੇ ਕਾਨੂੰਨ ਦਾ ਪੱਖ ਜਾਣਣਾ ਸਿੱਧੂ ਮੂਸੇਵਾਲੇ ਦਾ ਵੀ ਜੋ ਅਧਿਕਾਰ ਹੈ ਉਹਨੂੰ ਦੇਣਾ ਹੈ ਮੇਰੇ ਕਿਹਾਂ ਰੁਕਣਾ ਨਹੀਂ ਜਾਂ ਉਹਦੇ ਕਿਹਾਂ ਮੇਰਾ ਨਹੀਂ ਰੁਕਣਾ ਕੋਰਟ ਨਿਰਪੱਖ ਹੈ ਉਹਨੇ ਆਪਣਾ ਵਰਸ਼ਨ ਦੇਣਾ ਮੈਂ ਉਹਨੂੰ ਅਬੇ ਕਰਨਾ ਥਿਸ ਇਸ ਮਾਈ ਡਿਊਟੀ ਹਾਂ ਵਾਰੰਟ ਕਿਦੋਂ ਨਿਕਲਣਗੇ ਤੁਹਾਡੀ ਵਾਰੰਟ ਦੀ ਗੱਲ ਦਾ ਜਵਾਬ ਦੇਣਾ ਵਾਰੰਟ ਉਦੋਂ ਨਿਕਲਣਗੇ ਮੰਨ ਲਓ ਇਹ ਕੋਰਟ ਨੇ ਜੋ ਵੀ ਪ੍ਰੋਡਿਕਸ਼ਨ ਦਿੱਤੀ ਉਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਖਿਲਾਫ ਫੈਸਲਾ ਚਲਾ ਗਿਆ ਉਸ ਤੋਂ ਬਾਅਦ ਮੈਂ ਐਗਜ਼ੀਕਿਊਸ਼ਨ ਫਾਈਲ ਕਰਨੀ ਹੈ ਉਸ ਕੋਰਟ ਦੀ ਤਮੀਲ ਕਰਨ ਲਈ ਜੇ ਉਸ ਐਗਜ਼ੀਕਿਊਸ਼ਨ ਚ ਨਹੀਂ ਆਇਆ ਫਿਰ ਜੇਲ੍ਹ ਜਾਏਗਾ ਕਲੀਅਰ ਵਾਰੰਟ ਉੱਥੇ ਤੱਕ ਕੇਸ ਪਹੁੰਚ ਸਕਦਾ ਹੈ ਉੱਥੇ ਅੱਗੇ ਤੱਕ ਜਾਏਗਾ ਜਨਾਬ ਜ਼ਮਾਨਤ ਨਹੀਂ ਹੁੰਦੇਣੀ ਮੈਂ ਜਦ ਤੱਕ ਕੰਡੀਸ਼ਨ ਪੂਰੀ ਨਹੀਂ ਕਰੇਗਾ ਕੰਡੀਸ਼ਨਲ ਵਾਰੰਟ ਹੋਣੇ ਨੇ ਕਹਿੰਦੇ ਬਾਲੀ ਖਾਰ ਖਾ ਕੇ ਬੈਠੇ ਸਰਦਾਰ ਆ ਅਸਰਦਾਰ ਆ ਕੰਮ ਸ਼ੁਰੂ ਨਹੀਂ ਕਰਦਾ ਜੇ ਕਰਦਾ ਤਾਂ ਫਿਰ ਪੂਰਾ ਕਰਦਾ ਅਮਰੀਕੀ ਟ੍ਰੀ ਕੇਸ ਮਾਮਲੇ ਦੇ ਵਿੱਚ 25 5 ਹੁਣ ਦੇਖੋ ਕੋਰਟ ਨੇ ਲੰਬੀ ਡੇਡ ਦਿੱਤੀ ਮੈਨੂੰ 25 5 ਮੈਂ ਰਿਕਵੈਸਟ ਵੀ ਕੀਤੀ ਕਿ ਛੋਟੀ ਡੇਡ ਦਿੱਤੀ ਜਾਵੇ ਮਾਨਯੋਗ ਕੋਰਟ ਨੇ ਕਿਹਾ ਕਿ ਆਪਾਂ ਪਬਲਿਕੇਸ਼ਨ ਜਾਂ ਬਾਕੀ ਪ੍ਰੋਸੀਜਰ ਬਣਾਉਣਾ ਤੇ ਖੁੱਲਾ ਟਾਈਮ ਦੇ ਦਿਆ ਪਲੱਸ ਇੰਟਰਨੈਸ਼ਨਲ ਮੈਟਰ ਵੀ ਆ ਲੋਗ ਇੰਟਰਨੈਸ਼ਨਲ ਵੀ ਅਪੀਅਰ ਹੋਣੇ ਨੇ ਸੋ ਮੈਂ ਕਿਹਾ ਠੀਕ ਹੈ ਜਨਾਬ ਆਮ ਹੈਪੀ ਕੋਈ ਕੋਈ ਲੜਾਈ ਥੋੜੀ ਕੋਈ ਜਿੱਦ ਥੋੜੀ ਹੈ ਕੋਰਟ ਨੇ ਪੱਖ ਵੇਖਿਆ ਕਿ ਹੁਣ ਇੰਟਰਨੈਸ਼ਨਲ ਪ੍ਰੋਸੈਸਿੰਗ ਵੀ ਜਾਣੀ ਹੈ ਤੇ ਇਸ ਕਰਕੇ ਕੀ ਕੀਤਾ ਜਾਵੇ ਹੁਣ ਮੰਨ ਜਿਓ ਕੋਰਟ ਮੇ ਹੋ ਸਕਦਾ ਟਰਬਿਊਨ ਦੇ ਆਰਡਰ ਕੱਢ ਦੇ ਹੁਣ ਮੈਂ ਪੈਸੇ ਲਾਉਣੇ ਆ 8-10 ਹਜ਼ਾਰ ਰੁਪਈਆ ਲੱਗੇਗਾ ਅਖਬਾਰ ਚ ਨਿਕਲੇਗਾ ਕਿ ਜਿਹੜੇ ਲੈਫਟਓਵਰ ਬੰਦੇ ਨੇ ਜਾਂ ਕੋਰਟ ਇੱਕ ਮੌਕਾ ਇਹਨੂੰ ਵੀ ਦੇ ਸਕਦੀ ਹੈ ਇਹ ਤੇ ਉਹਨੂੰ ਪਤਾ ਲੱਗੇਗਾ ਕੱਲ ਮੁਨਾਦੀ ਵੀ ਹੋ ਸਕਦੀ ਹੈ ਮੁਨਾਦੀ ਵੀ ਹੋ ਸਕਦੀ ਹੈ ਮੈਂ ਜਾਵਾਂਗਾ ਨਾਲ ਵਿਦ ਸਿਕਿਉਰਿਟੀ ਢੋਲ ਵਜਾਵਾਂਗੇ ਪੂਰੇ ਮੂਸੇ ਵਾਲੇ ਪਿੰਡ ਚ ਮਾਨਸੇ ਤੋਂ ਮੂਸੇ ਵਾਲੇ ਤੱਕ ਢੋਲ ਵੱਜਣਗੇ ਟੰ ਟਣਾ ਟੰ ਟੰ ਟੜਾ ਟੰ ਟੰ ਟੜਾ ਟੰ ਟੰ ਚਲੋ 12 ਹੋ ਜਾਣ ਦੀ ਤਿਆਰੀਆਂ ਕਰਕੇ ਬੈਠੇ ਨੇ ਲekin اپੀਲ ਕਰਕੇ ਆਏ ਨੇ ਕਿ ਐਕਸ ਪਾਰਟੀ ਕੀਤਾ ਜਾਏ ਵੇਖਣ ਵਾਲੀ ਗੱਲ ਰਹੇਗੀ ਕੋਰਟ ਆਰਡਰ ਕੀ ਕਹਿੰਦੇ ਨੇ ਔਰ ਅਗਲੀ ਸੁਣਵਾਈ ਦੇ ਉੱਪਰ ਇਸ ਮਾਮਲੇ ਦੇ ਵਿੱਚ ਕੀ ਕੁਝ ਨਵੇਂ ਤੱਥ ਵੇਖਣ ਨੂੰ ਮਿਲਣਗੇ ਕੈਮਰਾਮੈਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਛੱਡੀਗੜ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर